ਆਪਾਂ ਫੇਰ ਆਏ ਆ ਸੌਕਰ ਸੈਂਟਰ ਅਸੀਸ ਨੂੰ ਲੈ ਕੇ ਪਰ ਅੱਜ ਆਪਾਂ ਸਹੀ ਟਾਈਮ ਤੇ ਆਏ ਆ ਕਿਉਂਕਿ ਲਾਸਟ ਟਾਈਮ ਜਦੋਂ ਆਏ ਸੀਗੇ ਮੈਂ ਟਾਈਮ ਨਹੀਂ ਸੀ ਦੇਖਿਆ ਸੋ ਉਧਰ ਆ ਰਹੀ ਆ ਅਸੀਸ ਤੇ ਹਰਸ਼ ਤੁਹਾਡੀ ਫੋਟੋ ਸਾਫ ਨਹੀਂ ਆਉਂਦੀ ਪਈ ਡਿਊ ਟੂ ਧੁੱਪ ਪਰ ਕੋਈ ਹੈ ਸਹੀ ਇਹ ਕੋਈ ਨਾ ਮੈਂ ਅੰਦਰ ਜਾ ਕੇ ਤੁਹਾਡੀ ਲੈ ਲੈਣੀ ਪਰ ਲੋਕਾਂ ਨੂੰ ਪਤਾ ਤੁਸੀਂ ਬਹੁਤ ਗੋਰੀਆਂ ਚਿੱਟੀਆਂ ਵਾ ਸੋ ਚਲੋ ਆਪਾਂ ਚੱਲਦੇ ਅੱਗੇ ਅਸੀਂ ਲੇਟ ਆ ਕਿਉਂਕਿ 11 ਤੋਂ ਅਸੀਂ ਸਾਨੂੰ ਤਿਆਰ ਨਹੀਂ ਹੋਣ ਦਿੰਦੀ ਤੇ ਆਏ ਖਲਾਰਾ ਪਾਉਣ ਲੱਗ ਜਾਂਦੀ ਇਸ ਕਰਕੇ ਅਸੀਂ ਲੇਟ ਹੋ ਜਾਂਦੇ ਆ ਸੋ 11:30 ਵਜੇ ਸ਼ੁਰੂ ਸੀ 1 ਵਜੇ ਖਤਮ ਆ 12 ਵੱਜ ਚੁੱਕੇ ਆ ਚਲੋ ਫਟਾਫਟ ਚਲੋ ਚਲ ਸੀਸ ਆ ਵੀ ਉੱਥੇ ਖਲਾਰਾ ਨਾ ਪਵੇ ਇਦਾਂ ਕਦੇ ਨਹੀਂ ਹੋ ਸਕਦਾ ਸੋ ਸੀਸ ਕਹਿੰਦੀ ਹਾਏ ਐਡਾ ਵੱਡਾ ਹਾਲ ਕਹਿੰਦੀ ਕਿੱਧਰ ਜਾਵਾਂ ਸਮਝ ਨਹੀਂ ਲੱਗਦੀ ਮੋਏ ਮੋਏ ਹੋ ਗਿਆ ਸੀਸ ਸੁੱਖ ਨੇ ਰਜਿਸਟ੍ਰੇਸ਼ਨ ਕਰਵਾਉਣੀ ਸੀ ਤੇ ਮੈਡਮ ਕਹਿੰਦੀ ਮੇਰਾ ਕੰਪਿਊਟਰ ਨਹੀਂ ਚੱਲ ਰਿਹਾ ਕਹਿੰਦੀ ਖੜ ਜਾਓ ਕਿ ਸਾਡੇ ਕੋਲ ਅੱਗੇ ਘੱਟ ਟਾਈਮ ਆਪਾਂ ਕਹਾਂਗੇ ਨਾ ਟਾਈਮ ਹੀ ਵੱਧਦੇ ਸਹੀ ਗੱਲ ਆ ਸੋ ਰਜਿਸਟ੍ਰੇਸ਼ਨ ਕਰਾ ਕੇ ਫਿਰ ਆਪਾਂ ਅੰਦਰ ਜਾਣਾ ਮੈਂ ਦੇਖਦੀ ਹਾਂ ਅੰਦਰ ਕੀ ਕੁਛ ਆ ਕਿ ਚੱਲੀਏ ਸੋ ਆ ਪਲੇਗਰਾਉਂਡ ਆ ਸਾਰੀ ਖਾਲੀ ਪਈ ਆ ਕੋਈ ਨਹੀਂ ਹੈਗਾ ਹਜੇ ਇੱਥੇ ਨਿਆਣੇ ਨਹੀਂ ਨਾ ਛੋਟੇ ਛੋਟੇ ਆਉਂਦੇ ਸਾਡੇ ਪੰਜਾਬੀ ਕਰਦੇ ਨਹੀਂ ਨਾ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਹਾਂ ਹੋ ਸਕਦਾ ਹਾਂ ਨਹੀਂ ਪਤਾ ਮੈਂ ਕਹਿੰਦੀ ਆਪਾਂ ਸਿਕਿਉਰਿਟੀ ਵਾਲੇ ਕੱਢਣਗੇ 2 ਮਿੰਟ ਮੇਰੀ ਗੱਲ ਸੁਣੀ ਆਪਾਂ ਐਵੇਂ ਇਨਡੋਰ ਤੇ ਇੰਨੇ ਪੈਸੇ ਲਾਉਂਦੇ ਰਹੇ ਇੱਥੇ ਲੈ ਕੇ ਆ ਜਿਆ ਕਰਦੇ $1 ਚ $1.90 ਆ ਹਾਂ $2 ਲਾ ਲਓ ਅਸੀਸ ਤਾਂ ਗਈ ਸਾਨੂੰ ਸਿਕਿਉਰਿਟੀ ਵਾਲੇ ਆਉਣਗੇ 2 ਮਿੰਟ ਬਾਅਦ ਨਹੀਂ ਕਰਦੇ ਜਦ ਤੱਕ ਤਾਂ ਸੁਖ ਨੇ ਰਜਿਸਟ੍ਰੇਸ਼ਨ ਕਰਵਾ ਲੈਣੀ ਆ ਆਪਣੀ ਭਾਸ਼ਾ ਚ ਕਹਿੰਦੇ ਵੀ ਮੈਨੂੰ ਉੱਥੇ ਲੈ ਕੇ ਚੱਲੋ ਜਿਹੜੀ ਗੱਡੀ ਆ ਆਪ ਗਈ ਸੀ ਪਰ ਇਹਦੇ ਕੋਲ ਗੱਡੀ ਖੁੱਲੀ ਖੁੱਲੀ ਨਹੀਂ ਆ ਜਾਨੀ ਆ ਟਿਕਟ ਲੈ ਆਉਂਦੀ ਜੇ ਗੱਡੀ 'ਚ ਬਹਿਣਾ ਸੀ ਤਾਂ ਘਰੇ ਵੀ ਸੀ ਤੇਰੀ ਕੰਟਰੀ ਦੇ ਰੂਲ ਬਹੁਤ ਸਖਤ ਆ ਜੇ ਸਾਡਾ ਇੰਡੀਆ ਹੁੰਦਾ ਉਹਨੂੰ ਤਾਂ ਅਸੀਂ ਰਾਈਡ ਰੂਡ ਲੈ ਲੈਣੀ ਸੀ ਸਹੀ ਗੱਲ ਆ ਜਾਨੀ ਆ ਬਸ ਜਾਨੀ ਬਸ ਟਿਕਟ ਆ ਜਾ ਨੋ ਫੂਡ ਡਰਿੰਕ ਆ ਇੱਥੇ ਕੁਝ ਆਪਾਂ ਆਪਣਾ ਨਹੀਂ ਲੈ ਕੇ ਆ ਸਕਦੇ ਕੈਨੇਡਾ ਔਰ ਇੰਡੀਆ ਚੁੱਕਾ ਨਾ ਹਾਂ ਦੇਖ ਜਿਹੜੀ ਟੈਨਸ਼ਨ ਫ੍ਰੀ ਲਾਈਫ ਆ ਉਹ ਇੰਡੀਆ ਵਾ ਪਰ ਜਿਹੜਾ ਕੰਮ ਆ ਉਹ ਸਭ ਕੁਝ ਕੈਨੇਡਾ ਵਾ ਹਨਾ ਉਹ ਇੰਡੀਆ ਚ ਔਖਾ ਮਿਲਦਾ ਵਾ ਇੱਥੇ ਬੜਾ ਔਖਾ ਮੈਨੂੰ ਪੁੱਛ ਕੇ ਦੇਖੋ ਉਹ ਗਈ ਜੋ ਕਹਿੰਦੀ ਇੰਨਾ ਟਾਈਮ ਕਹਿੰਦੀ ਮੈਂ ਦੇਖ ਕੇ ਆਨੀ ਹੈ ਸੋ ਅੰਦਰ ਐਂਟਰੀ ਮਿਲ ਚੁੱਕੀ ਆ ਅਸੀਸ ਕਹਿੰਦੀ ਮੈਂ ਗੱਡੀ 'ਚ ਹੀ ਬਹਿਣਾ ਚਲੋ ਰੇੜੋ ਇਹਨੂੰ ਸਾਡਾ ਤਾਂ ਘਰੇ ਵੀ ਇਹੀ ਕੰਮ ਹੈ ਇੱਥੇ ਚੱਲ ਤਾਕੀ ਅਸੀਸ ਖੇਡ ਲੈ ਯਾਰ ਨਿਕਲਾ ਗੱਡੀ 'ਚੋਂ ਜੀ ਤਾਂ ਲੱਗ ਗਈ ਮੌਜ ਇੱਕ ਤਾਂ ਇੰਨਾ ਖੁੱਲ੍ਹਾ ਏਰੀਆ ਮਿਲ ਗਿਆ ਡਿੱਗੀ ਜਾਵੇ ਕੋਈ ਸੱਟ ਫੇਟ ਨਹੀਂ ਲੱਗਦੀ ਅਤੇ ਖੇਡਣ ਦੇ ਲਈ ਇਹਨੂੰ ਕਿੰਨੀਆਂ ਹੀ ਚੀਜ਼ਾਂ ਮਿਲ ਗਈਆਂ ਇੱਥੇ ਇਹਦੇ ਵਿੱਚ ਬਹਿ ਜਾਂਦੀ ਹੈ ਬਟ ਇਹਨੂੰ ਲੱਤਾਂ ਦੇ ਨਾਲ ਚਲਾਉਣਾ ਪੈਂਦਾ ਤਾਂ ਕਰਕੇ ਥੋੜ੍ਹਾ ਜਿਹਾ ਔਖਾ ਇਹਦੇ ਲਈ ਅਤੇ ਮੈਨੂੰ ਲੱਗਦਾ ਬਹੁਤ ਵਧੀਆ ਪਲੇਸ ਹੈਗੀ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਜ਼ਰੂਰ ਆਇਓ ਬਹੁਤ ਹਾਂ ਵੱਡੇ ਸਾਡੇ ਵਰਗੇ ਵੀ ਨਾਲ ਖੇਡ ਸਕਦੇ ਆ ਸੋ ਇੱਕ ਬੱਚਾ ਇੱਧਰ ਖੇਡੀ ਜਾਂਦਾ ਅਤੇ ਨਾਲ ਹਰਸ਼ ਵੀ ਦੇਖ ਲਓ ਸੋ ਹਰਸ਼ ਨੂੰ ਕਾਲਜ ਤੋਂ ਛੁੱਟੀਆਂ ਸੀਗੀਆਂ ਹਰਸ਼ ਦਾ ਚੱਲਦਾ ਸੀ ਜੌਬ ਚੈਲੰਜ ਨਹੀਂ ਜੌਬ ਚੈਲੰਜ ਨਹੀਂ ਤੇਰਾ ਕੀ ਕਾਲਜ ਰੀਡਿੰਗ ਵੀਕ ਚੱਲਦਾ ਸੀਗਾ ਸੋ ਹੁਣ ਆਪਾਂ ਇਹਦੇ ਤੋਂ ਪੁੱਛਦੇ ਹਾਂ ਰੀਡਿੰਗ ਵੀਕ ਬਸ ਛੁੱਟੀਆਂ ਹੀ ਹੁੰਦੀਆਂ ਐਡੀ ਗਏ ਸੀ ਡੀਪ ਗਏ ਨੀ ਕਦੇ ਸਾਨੂੰ ਛੁੱਟੀਆਂ ਤੱਕ ਮਤਲਬ ਆ ਸੋ ਹੁਣ ਆਪਾਂ ਹਰਸ਼ ਨੂੰ ਪੁੱਛਦੇ ਹਾਂ ਹਰਸ਼ ਜੌਬ ਚੈਲੰਜ ਦੱਸ ਵੀ ਕੀ ਆ ਰਹੇ ਆ ਲੋਕੀ ਕਹਿੰਦੇ ਤੁਸੀਂ ਐਵੇਂ ਵਾਲਾ ਪਾਈ ਜਾਂਦੇ ਕਹਿੰਦੇ ਕੈਨੇਡਾ 'ਚ ਬਹੁਤ ਕੰਮ ਆ ਕਹਿੰਦੇ ਤੁਸੀਂ ਚਾਹੁੰਦੇ ਹੋ ਅਸੀਂ ਆਈਏ ਨਾ ਯਾਰ ਆਓ ਮੈਂ ਤਾਂ ਕਹਿੰਦੀ ਆਓ ਹੋਰ ਜਾ ਕੇ ਅਨਇੰਪਲੋਇਮੈਂਟ ਵਧਾਓ ਕੋਈ ਚੱਕਰ ਯਾਰ ਆਓ ਜਿਹਦੇ ਕੋਲ ਤੇ ਪੈਸਾ ਹੈਗਾ ਨਾ ਉਹ ਆ ਜਾਓ ਜਿੱਦਾਂ ਮੇਰੇ ਕੋਲ ਨਹੀਂ ਸੀ ਖਲਾਉਂਦੇ ਮੈਂ ਆ ਗਈ ਕੋਈ ਫਾਇਦਾ ਨਹੀਂ ਆ ਮਤਲਬ ਮਿਲਣ ਵਾਲਿਆਂ ਨੂੰ ਮਿਲ ਵੀ ਜਾਂਦੀ ਹੈ ਲੱਕ 'ਤੇ ਵੀ ਬੜਾ ਡਿਪੈਂਡ ਕਰਦਾ ਆ ਬਾਕੀ ਆਪਣੇ ਵੱਲੋਂ ਪੂਰੀ ਟਰਾਈ ਕਰੀਦੀ ਆ ਨਾ ਕਿ ਮਿਲ ਜੇ ਜਾਂ ਕਿੱਦਾਂ ਕੀ ਹਿਸਾਬ ਆ ਜੇ ਆਪਾਂ ਕਹੀਏ ਕਿ ਰੈਫਰੈਂਸ ਲੋਕ ਕਹਿੰਦੇ ਨਾ ਰੈਫਰੈਂਸ ਪਵਾਓ
ਰੈਫਰੈਂਸ ਪਵਾ ਪਵਾ ਕੇ ਵੀ ਮੈਂ ਦੇਖੀ ਆ ਬਟ ਸਟਿਲ ਜਦੋਂ ਉਹਨਾਂ ਕੋਲ ਕੰਮ ਹੀ ਨਹੀਂ ਰੈਸਟੋਰੈਂਟ ਵਾਲਿਆਂ ਦੀ ਗੱਲ ਕਰੀ ਜਾਵੇ ਤਾਂ ਕੋਈ ਰੈਸਟੋਰੈਂਟ ਅੱਜ ਕੱਲ੍ਹ ਖਾਣਾ ਪਸੰਦ ਨਹੀਂ ਕਰਦਾ ਕਿੱਦਾਂ ਹੀ ਖਾਣਗੇ ਕਿਸੇ ਕੋਲ ਕੰਮ ਤਾਂ ਹੈ ਨਹੀਂ ਨਾ ਪੈਸੇ ਨਹੀਂ ਹੈਗੇ ਪੈਸੇ ਨਹੀਂ ਹੈਗੇ ਅਤੇ ਰੈਸਟੋਰੈਂਟ ਵੀ ਖਾਲੀ ਪਏ ਆ ਉਹਨਾਂ 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 ਦਾ ਸਟਾਫ ਆ ਤਾਂ ਉਹ ਵੀ ਹਾਇਰਿੰਗ ਨਹੀਂ ਕਰਦੇ ਪਏ ਬਾਕੀ ਰਹੀ ਗੱਲ ਵੇਅਰ ਹਾਊਸ ਦੀ ਜਿੱਦਾਂ 50 ਪੋਜੀਸ਼ਨਸ ਹੁੰਦੀਆਂ ਨੇ ਅਤੇ ਐਪਲੀਕੈਂਟਸ ਘੱਟੋ ਘੱਟ 500 ਤੋਂ ਵੱਧ ਹੁੰਦੇ ਨੇ ਅਤੇ ਉਹ ਵੀ ਕਿਹਨੂੰ ਕਿਹਨੂੰ ਹਾਇਰ ਕਰਨਗੇ ਇੰਪਲੋਇਮੈਂਟ ਏਜੰਸੀਆਂ ਫੋਨ ਨਹੀਂ ਚੱਕਦੀਆਂ ਉਹਨਾਂ ਨੂੰ ਕਾਲ ਕਰੀਏ ਉਹ ਵੋਇਸ ਨੋਟ 'ਤੇ ਛੱਡ ਦਿੰਦੇ ਆ ਜਦੋਂ ਵੋਇਸ ਨੋਟ ਵੀ ਕਰੀਦਾ ਵਾ ਤਾਂ ਉਹ ਵੀ ਹੁੰਦਾ ਫੁੱਲ ਮੇਲ ਬੋਕਸ ਹੁੰਦਾ ਆ ਤਾਂ ਉਹ ਵੀ ਕੁਛ ਨਹੀਂ ਕਰ ਸਕਦੇ ਅਸੀਂ ਬਸ ਅਸੀਂ ਆਪਣੇ ਵੱਲੋਂ ਟਰਾਈ ਕਰਦੇ ਹਾਂ ਪੂਰੀ ਕਿ ਕਿਸੇ ਨਾ ਕਿਸੇ ਤਰ੍ਹਾਂ ਮਿਲ ਜਾਏ ਬਟ ਚੱਲ ਕੋਈ ਨਾ ਹਰਸ਼ ਉਮੀਦ ਕੀ ਆ ਗਈ ਕੀ ਹੁੰਦਾ ਉਮੀਦ ਤੇ ਦੁਨੀਆ ਕਾਇਮ ਆ ਹਾਂ ਕੋਈ ਨਾ ਮਿਲੂਗਾ ਸੋ ਹੁਣ ਹਰਸ਼ ਮੈਨੂੰ ਇੱਕ ਫੋਨ ਆਉਂਦਾ ਪਿਆ ਵਿੱਚ ਮੈਂ ਚੱਕ ਲਵਾਂ ਕਿਦਾ ਫਿਰ ਆਪਾਂ ਗੱਲਾਂ ਬਾਤਾਂ ਬਾਅਦ 'ਚ ਕਰਦੇ ਹਾਂ ਨੂੰ ਆਪਾਂ ਖੜਾ ਲਿਆ ਸਾਡੀ ਪਾਰਕ ਵੀ 1 ਵਜੇ ਬੰਦ ਹੋ ਗਈ ਸੋ ਹੁਣ ਸੋਚਿਆ ਕਿ ਤੁਹਾਡੇ ਨਾਲ ਕੁਛ ਗੱਲਾਂ ਬਾਤਾਂ ਕਰਦੇ ਹਾਂ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਕੈਨੇਡਾ ਨੇ ਰੀਸੈਂਟ ਬਹੁਤ ਜ਼ਿਆਦਾ ਚੇਂਜਿਸ ਕੀਤੇ ਆ ਨਾ ਆਪਣੇ ਵੀਜ਼ੇ ਨੂੰ ਲੈ ਕੇ ਅਤੇ ਸਟੂਡੈਂਟਸ ਹੁਣ ਸਟ੍ਰੈਸ ਦੇ ਵਿੱਚ ਵੀ ਆ ਕਿਉਂਕਿ ਬਹੁਤ ਪ੍ਰੋਵਿੰਸਾਂ ਇੱਦਾਂ ਦੀਆਂ ਸੀ ਜਿੱਥੇ ਸਟੂਡੈਂਟ ਮੂਵ ਹੋਏ ਪਰ ਹੁਣ ਜਦੋਂ ਉਹਨਾਂ ਨੇ ਐਕਸਪੀਰੀਅੰਸ ਕੰਪਲੀਟ ਕੀਤਾ ਤਾਂ ਹੁਣ ਉੱਥੇ ਵੀ ਰੂਲ ਚੇਂਜ ਹੋ ਗਏ ਹੁਣ ਸਾਰਿਆਂ ਨੂੰ ਇਹ ਹੈ ਕਿ ਅਸੀਂ ਕੀ ਕਰੀਏ ਅਤੇ ਪਹਿਲਾਂ ਕੀ ਹੁੰਦਾ ਸੀਗਾ ਜਿਵੇਂ ਇੰਡੀਆ ਦੇ ਵਿੱਚ ਕੀ ਚੱਲਦਾ ਸੀਗਾ ਜਦੋਂ ਕੁੜੀ ਆਲਸ ਕਰ ਲੈਂਦੀ ਸੀਗੀ ਜੇ ਉਹ ਘਰੋਂ ਨਹੀਂ ਠੀਕ ਹੁੰਦੀ ਸੀਗੀ ਤਾਂ ਘਰ ਦੇ ਕਹਿ ਦਿੰਦੇ ਸੀ ਕਿ ਚੱਲ ਤੇਰਾ ਵਿਆਹ ਕਰ ਦਿੰਦੇ ਹਾਂ ਨਾਲੇ ਤੇਰਾ ਸੁਪਨਾ ਪੂਰਾ ਹੋ ਜੂਗਾ ਅਤੇ ਚਲੋ ਨਾਲੇ ਹੈ ਨਾ ਵੀ ਤੇਰਾ ਵਿਆਹ ਤਾਂ ਕਰਨਾ ਹੀ ਹੁੰਦਾ ਵੀ ਤੇਰਾ ਵਿਆਹ ਵੀ ਹੋ ਜੂਗਾ ਅਤੇ ਹੁਣ ਜਿਹੜਾ ਸਪਾਊਸ ਕੇਸ ਦੇ ਵਿੱਚ ਵੀ ਇੰਨਾ ਵੱਡਾ ਚੇਂਜ ਹੋਇਆ ਨਾ ਸੋ ਕਈਆਂ ਨੇ ਉੱਥੇ ਆਲਸ ਕੀਤੀ ਸੀਗੀ ਸੋ ਇੱਥੇ ਉਹ ਨਹੀਂ ਆ ਸਕਦੇ ਕਿਉਂਕਿ ਹੁਣ ਜਿਵੇਂ ਰੀਸੈਂਟਲੀ ਗਵਰਨਮੈਂਟ ਨੇ ਅਨਾਊਂਸ ਕੀਤਾ ਵਾ ਕਿਉਂਕਿ ਇਹ ਚੇਂਜ ਵੀ ਤਾਂ ਆਇਆ ਜਿਵੇਂ ਫੇਕ ਮੈਰਿਜਿਸ ਹੋ ਗਈਆਂ ਇੱਥੇ ਆ ਕੇ ਫਿਰ ਬਹੁਤ ਜ਼ਿਆਦਾ ਰੌਲਾ ਪੈਂਦਾ ਹੁੰਦਾ ਸੀ ਪਾਰਟਨਰਸ ਇੱਕ ਦੂਜੇ ਨਾਲ ਬਣਦੀ ਨਹੀਂ ਸੀਗੀ ਸੋ ਇਮੀਗ੍ਰੇਸ਼ਨ ਨੂੰ ਜਿਵੇਂ ਜਿਵੇਂ ਪਤਾ ਲੱਗਿਆ ਉਹਨਾਂ ਨੇ ਸਟ੍ਰਿਕਨੈਸ ਕਰ ਦਿੱਤੀ ਸੋ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਕਿ LMIA 'ਤੇ ਵੀ ਸਟ੍ਰਿਕਨੈਸ ਆਊਗੀ ਹੁਣ ਆਪਾਂ ਗੱਲ ਕਰ ਦਈਏ ਵੀ ਜਿਵੇਂ ਕੈਨੇਡਾ ਆਉਣ ਦਾ ਜਿਹੜਾ ਡ੍ਰੀਮ ਆ ਉਹ ਖਤਮ ਆ ਕਿ ਹਜੇ ਵੀ ਸਟੂਡੈਂਟ ਆ ਸਕਦੇ ਆ ਸੋ ਹੁਣ ਉਹ ਟਾਈਮ ਨਹੀਂ ਰਿਹਾ ਹੁਣ ਤੁਸੀਂ ਆਉਣਾ ਵਾ ਪੂਰੀ ਸਰਚ ਕਰਕੇ ਆਉਣਾ ਹੁਣ ਇਹ ਨਹੀਂ ਕਿ ਬੈਂਡ ਆ ਗਏ ਵੀਜ਼ਾ ਆ ਗਿਆ ਬਸ ਆ ਜਾਵੋ ਹੁਣ ਜਦੋਂ ਤੁਸੀਂ ਵੀਜ਼ਾ ਤੋਂ ਪਹਿਲਾਂ ਵੀ ਜਦੋਂ ਤੁਹਾਡੇ ਬੈਂਡ ਆ ਗਏ ਆਪਦੀ ਪ੍ਰੋਵਿੰਸ ਆਪਦਾ ਕੋਰਸ ਤੁਸੀਂ ਸਮਾਰਟਲੀ ਚੂਜ਼ ਕਰਨਾ ਕਿ ਜਿਹੜਾ ਕੋਰਸ ਤੁਸੀਂ ਲੈ ਕੇ ਆ ਰਹੇ ਹੋ ਇਨ ਫਿਊਚਰ ਉਹਦੀ ਕੀ ਡਿਮਾਂਡ ਆ ਇਹ ਨਾ ਹੋਵੇ ਕਿ ਤੁਸੀਂ ਜਿਹੜੇ ਫੀਸਾਂ ਭਰੀਆਂ ਵਾ ਉਹ ਭਰੀਆਂ ਭਰਾਈਆਂ ਰਹਿ ਜਾਣ ਬਾਅਦ 'ਚ ਤੁਹਾਨੂੰ ਕੰਮ ਨਾ ਮਿਲੇ ਸੋ ਕੋਰਸ ਵੀ ਆਪਣਾ ਵਧੀਆ ਜਿਹਾ ਚੂਜ਼ ਕਰੋ ਅਤੇ ਕੋਸ਼ਿਸ਼ ਕਰਿਆ ਕਰੋ ਜੇ ਤੁਸੀਂ ਕੋਅਪ ਵਾਲਾ ਕੋਰਸ ਲੈ ਲਵੋ ਕਿਉਂਕਿ ਕੀ ਹੁੰਦਾ ਵਾ ਨਾ ਜਦੋਂ ਆਪਾਂ ਕੋਅਪ ਵਾਲਾ ਕੋਰਸ ਲੈਂਦੇ ਹਾਂ ਅਤੇ ਉਹਦੀ ਲਾਸਟ ਸਮੈਸਟਰ ਦੀ ਫੀਸ ਵੀ ਬਹੁਤ ਘੱਟ ਹੁੰਦੀ ਆ ਅਤੇ ਜਿਹੜੇ ਘਰੋਂ ਨਹੀਂ ਫਾਈਨੈਂਸ਼ਲੀ ਇੰਨੇ ਓਕੇ ਹੈਗੇ ਉਹ ਦੇਖ ਲਿਆ ਕਰਨ ਕਿ ਜੇ ਤੁਹਾਨੂੰ ਕੋਰਸ ਡਰੋਪ ਵਾਲਾ ਮਿਲਦਾ ਵਾ ਡਰੋਪ ਹੁੰਦਾ ਕਿ 2 ਸਮੈਸਟਰਾਂ ਤੋਂ ਬਾਅਦ 'ਚ ਤੁਹਾਨੂੰ 4 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਵਾ ਉਹਦਾ ਕਾਰਨ ਇਹ ਹੈ ਕਿ ਉਹ 4 ਮਹੀਨੇ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਕੰਮ ਕਰਕੇ ਆਪਣੇ ਅਗਲੇ ਸਮੈਸਟਰ ਦੀ ਫੀਸ ਜਿਹੜੀ ਆ ਉਹ ਕੱਢ ਸਕਦੇ ਹੁੰਦੇ ਹੋ ਸੋ ਹੁਣ ਇਹ ਨਹੀਂ ਹੈਗਾ ਵੀ ਜੇ ਵੀਜ਼ਾ ਆ ਗਿਆ ਆ ਜਾਵੋ ਸਾਰਾ ਕੁਛ ਦੇਖ ਪਰਖ ਕੇ ਫਿਰ ਤੁਸੀਂ ਕੈਨੇਡਾ ਆਉਣ ਦਾ ਜਿਹੜਾ ਡਿਸੀਜ਼ਨ ਆ ਉਹ ਲੈਣਾ ਵਾ ਇੱਕ ਨਾ ਆਪਾਂ ਨੂੰ ਥੋੜ੍ਹਾ ਜਿਹਾ ਇੰਡੀਆ ਵਾਲਾ ਜਨੂਨ ਵੀ ਮਾਰ ਲੈਂਦਾ ਤੂੰ ਪਿੱਛੇ ਕਰ ਕਈ ਬੱਚਿਆਂ ਨੂੰ ਨਾ ਇੰਡੀਆ ਵਾਲਾ ਜਨੂਨ ਵੀ ਮਾਰ ਲੈਂਦਾ ਗਾ ਅੱਜ ਮੈਨੂੰ ਕਿਸੇ ਦੀ ਕਾਲ ਆਈ ਸੀਗੀ ਅਤੇ ਕੁੜੀ ਪਲੱਸ ਟੂ ਕਰਕੇ ਕਹਿੰਦੀ ਮੈਂ ਨਾ ਡਿਗਰੀ ਕਰਨੀ ਆ ਕੈਨੇਡਾ ਦੇ ਵਿੱਚ ਆ ਕੇ ਕਹਿੰਦੇ ਵੀ ਇੰਡੀਆ ਦੇ ਵਿੱਚ ਬੱਚੀ ਬਹੁਤ ਹੁਸ਼ਿਆਰ ਸੀਗੀ ਬਟ ਫਾਈਨੈਂਸ਼ਲੀ ਠੀਕ ਨਹੀਂ ਸੀਗੇ ਹੈ ਨਾ ਠੀਕ ਠਾਕ ਜੇ ਸੀਗੇ ਅਤੇ ਕਈ ਵਾਰੀ ਇਹ ਹੁੰਦਾ ਵੀ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ ਕਿ ਆਪਾਂ ਨੂੰ ਉਹ ਇੰਡੀਆ ਵਾਂਗ ਹੁੰਦਾ ਵੀ ਇੱਥੇ ਜਾ ਕੇ ਵੀ ਮੈਂ ਪੜ੍ਹਾਈ ਕਰੂੰਗਾ ਸਾਰਾ ਕੁਛ ਕਰ ਲੂੰਗਾ ਪਰ ਇੱਥੋਂ ਦੇ ਹਾਲਾਤ ਇਹ ਆ ਗਏ ਵੀ ਇੱਥੇ ਤੁਹਾਨੂੰ ਪੜ੍ਹਾਈ ਦੇ ਨਾਲ ਨਾਲ ਤੁਹਾਨੂੰ ਕੰਮ ਵੀ ਕਰਨਾ ਪੈਂਦਾ ਘਰ ਦੇ ਕੰਮ ਵੀ ਕਰਨੇ ਪੈਂਦੇ ਹੈਗੇ ਅਤੇ ਹੋਰ ਤੁਹਾਡੇ 'ਤੇ ਜ਼ਿੰਮੇਵਾਰੀਆਂ ਵੀ ਪੈ ਜਾਂਦੀਆਂ ਨੇ ਸੋ ਤੁਸੀਂ ਡਿਗਰੀ ਦਾ ਤਾਂ ਸੋਚ ਸਕਦੇ ਹੋ ਵੀ ਜਿਹਦਾ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ਲੀ ਇੱਥੇ ਸਟੇਬਲ ਕਰ ਸਕਦੇ ਹੋਗੇ ਕਿਉਂਕਿ ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਬੱਚੇ ਜਿਵੇਂ ਮੰਨ ਲਓ ਪਲੱਸ ਟੂ ਕਰਕੇ ਆਉਂਦੇ ਆ ਬੱਚੇ ਹੈ ਨਾ ਉੱਥੇ ਰੱਟਾ ਸਿਸਟਮ ਚੱਲਦਾ ਰੱਟਾ ਮਾਰ ਲਿਆ ਪਰ ਇੱਥੇ ਜਦੋਂ ਆਪਾਂ ਯੂਨੀਵਰਸਿਟੀ ਦੇ ਵਿੱਚ ਜਾਂਦੇ ਹਾਂ ਤਾਂ ਯੂਨੀਵਰਸਿਟੀ ਦਾ ਜਿਹੜਾ ਸਟੱਡੀ ਦਾ ਸਟਰਕਚਰ ਆ ਬਿਲਕੁਲ ਹੀ ਡਿਫਰੈਂਟ ਆ ਕਿਉਂਕਿ ਮੇਰੇ ਕਈ ਜਾਣ ਪਛਾਣ ਵਾਲੇ ਹੈਗੇ ਨੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਇੱਥੇ ਬੱਚੇ ਪੜ੍ਹਦੇ ਨੇ ਹੈ ਨਾ ਅਤੇ ਉਹਨਾਂ ਤੋਂ ਮੈਨੂੰ ਪਤਾ ਲੱਗਿਆ ਕਿ ਜਿਹੜਾ ਇੱਥੋਂ ਦਾ ਸਿਸਟਮ ਆ ਟੋਟਲੀ ਡਿਫਰੈਂਟ ਹੈਗਾ ਚਲੋ ਮੈਂ ਖੁਦ ਵੀ ਸਟੱਡੀ ਕੀਤੀ ਚਲੋ ਮੈਂ ਯੂਨੀਵਰਸਿਟੀ ਨਹੀਂ ਗਿਆ ਹੋਇਆ ਬਟ ਜਿਹੜੇ ਬੱਚੇ ਯੂਨੀਵਰਸਿਟੀ ਗਏ ਹੋਏ ਆ ਉਹਨਾਂ ਨਾਲ ਅਕਸਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈਗੀ ਸੋ ਤੁਸੀਂ ਜੇ ਤਾਂ ਫਾਈਨੈਂਸ਼ਲੀ ਤੁਸੀਂ ਇੰਡੀਆ ਤੋਂ ਪੂਰੇ ਸਟੇਬਲ ਹੋ ਤੁਹਾਨੂੰ ਪਤਾ ਵੀ ਇੱਥੇ ਆ ਕੇ ਤੁਸੀਂ ਕੰਮ ਨਹੀਂ ਕਰਨਾ ਇਕੱਲਾ ਪੜ੍ਹਾਈ 'ਤੇ ਫੋਕਸ ਕਰਨਾ ਅਤੇ ਬਾਕੀ ਜਾਂ ਕੋਈ ਤੁਹਾਡਾ ਇੱਥੇ ਰੈਲੇਟਿਵ ਹੈਗਾ ਜਿਹੜਾ ਤੁਹਾਨੂੰ ਘਰ ਦੇ ਕੰਮਾਂ ਦੇ ਲਈ ਵੀ ਹੈਲਪ ਕਰ ਸਕਦਾ ਜਾਂ ਤੁਸੀਂ ਕਹਿ ਲਓ ਕਿ ਚਲੋ ਤੁਸੀਂ ਖੁਦ ਕੰਮ ਕਰ ਸਕਦੇ ਹੋਗੇ ਬਟ ਤੁਸੀਂ ਫਾਈਨੈਂਸ਼ਲੀ ਪੂਰੇ ਸਟੇਬਲ ਹੋ ਫਿਰ ਤਾਂ ਤੁਸੀਂ ਆਪਣੀ ਡਿਗਰੀ ਕਰਨ ਦੇ ਲਈ ਤੁਸੀਂ ਇੱਥੇ ਆਵੋ ਨਹੀਂ ਤਾਂ ਤੁਸੀਂ
अपने पैसे वेस्ट करोगे, क्योंकि जिमें मैं तुम्हें पहला दस्या मैंने कुड़ी की कॉल आई सी बी सी दे विच यूनिवर्सिटी दे विच आई सी, पहले साल वह एक कोर्स रह गया, उस तो बाद वो फिर अगे जाके 7 to 8 कोर्स रह गए, पहले साल की फीस गई और दूसरे साल की फीस टक रहेगी, तीजे समेस्टर के जाके उन्हें नाल प्राइवेट कॉलेज ले लिया क्योंकि यूनिवर्सिटी ने उन्होंने कटता सीगा। तो इस टाइम तो वो सिचुएशन बहुत ही ज़्यादा माड़ी है, सारा पैसा वेस्ट कर लिया तो पढ़ाई भी नहीं वो अगे जाके प्रॉपर हुई, हूँ उस हूँ दोबारा तो फिर पढ़ाई लैनी पेगी। सो कई बार ना तुसी बाले अपने कह लो कि दिमाग दे नाल तुसी अपने जड़े आगे फैसले नहीं लै सकते, थोनू सारिया चीज़ा कंसिडर करके चलना पैंदा गा। सो हुण दी सिचुएशन तो होर भी ज़्यादा बैड आ, सो ज़्यादातर आपां नूं ये हुंदा वी आपां इत्थे आ के पढ़ाई करिए, चाहे अपनी स्टडी अगे काम आने वाली हैगी जां नहीं होगी, एक बार पी आर हो जाइए उस तो बाद जो आप कि यूनिवर्सिटी के एडमिशन लै लीए ग्रैजुएशन कर लीए जां मास्टर कर लीए, नाले तो अपनी फीस जी डोमैसटिक बच्चे वाली लगती है घट फीस लगती है, तो आपां नूं कितें ये भी नहीं हुंदा वी हाँ मैं कोई अगे जाके कोई अपना पी आर का स्टेटस रखना गा जां कोई इदां दा, है ना। सो इस करके चीज़ा तुम आफ्टर पी आर थिंक कर सकते हो, बट बिना पी आर तो डायरैक्ट ग्रैजुएशन के लिए आना थोड़े लिए बहुत बड़ा चैलेंज हो सकता। इतने अलग अलग टाइम है बच्चे लैके आने के, पर टाइम मतलब कि घंटा 1.5 घंटे का टाइम होंगे गा, उन्होंने 2 स्लॉट रखे हुए हैं कि तुम मॉर्निंग आ सकते हो कि तुम आफ्टरनून के आ सकते हो, क्योंकि उस तो बाद इतने गेम स्टार्ट हो जाए बड़े बच्चे दियाँ। सो एक वधिया प्लेस हैगी इतने तुम बच्चे खेल सकते हो, इनसाइड हैगा गा क्योंकि बाहर तो आप बच्चे ठंड के जा नहीं सकते, तो सानू तो वधिया लग्या है ना, तुम आ सकते हो पर डे की इन्हों की जी फीस रखी होंगी हैगी। सो यह अपना अज का व्लॉग, उम्मीद करते हैं कि थोड़ा व्लॉग पसंद आया होगा, बाकी असी एक अपनी सीरीज स्टार्ट की हुई है शॉर्ट वीडियो की जिद असं पी आर जर्नी दस रहे हैं, एक स्टूडेंट तो लैके किमें कैनेडा के वर्क परमिट लेना पी आर होना गा, सारी जर्नी असी स्टार्ट की हुई है, वो तुम साडा इंस्टाग्राम पेज आनूँ फॉलो करना, तो नाल नाल असी अपने फेसबुक पेज पर भी ये चीज़ा मैनशन कर रहे हैं। सो तुसी दोनों पेजा फॉलो कर सकते होगे जेकर तुसी वो सारी इनफॉर्मेशन जी इकट्ठी करना चाहते होगे, बाकी तुसी भी अपने सुझाव सानू उन्हां वीडियो के नीचे जाके छड़ सकते हो कमेंट बॉक्स के जाके, तो बहुत सारे लोग ये भी कह सोच सकते हैं कि उन्होंने ऑलरेडी पता, बट ये उन्होंने लिए जिन्होंने नहीं पता। सो जल्दी मिलते एक नवी वीडियो के नाल सारयां नूं, सत श्री अकाल।